ਅਸਲਾਮੁਆਲੇਕਮ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਫਿੱਟ ਫਟ ਹੋਵੋਗੇ ਅੱਜ ਨਾ ਤੁਹਾਨੂੰ ਥੋੜੀ ਜਿਹੀ ਆਪਣੇ ਮੁਤਲਕ ਦਾ ਗੱਲ ਸੁਣਾਣੇ ਆ 2017 ਦੇ ਵਿੱਚ ਨਾ ਮੇਰੇ ਸੱਟ ਲੱਗੀ ਗੋਡੇ ਤੇ ਤੇ ਜਿਹੜੇ ਮੋਂਡੇ ਨਹੀਂ ਹੁੰਦੇ ਮੋਰੇ ਇਹਨਾਂ ਚ ਉਸ ਤੋਂ ਬਾਅਦ ਤਕਰੀਬਨ ਇੱਕ ਸਾਲ ਜਿਹੜਾ ਨਾ ਮੇਰਾ ਜਿਹੜਾ ਬਾਜ਼ੂ ਆ ਇਹ ਉੱਪਰ ਨਹੀਂ ਸੀ ਜਾਂਦਾ ਲੇਕਿਨ ਉਹ ਵਕਤ ਦੇ ਨਾਲ ਨਾਲ ਨਾ ਮੈਂ ਐਕਸਰਸਾਈਜ਼ ਸ਼ੁਰੂ ਕਰ ਦਿੱਤੀ एक्सरसाइज ਦੇ ਨੁਕਸਾਨ ਤੇ ਇਹ ਹੋਏ ਤਕਲੀਫ ਬੜੀ ਸੀ ਕਿਸੇ ਮੈਂ ਫਿਜ਼ੀਓਥੈਰੇਪਿਸਟ ਕੋਲ ਨਹੀਂ ਗਿਆ ਕਿਸੇ ਕੋਲ ਨਹੀਂ ਗਿਆ ਲੇਕਿਨ ਮੈਂ एक्सरसाइज ਜਾਰੀ ਰੱਖੀ एक्सरसाइज ਐਨੀ ਜ਼ਿਆਦਾ ਨਹੀਂ ਸੀ ਕਰਦਾ ਸਿਰਫ ਪੈਦਲ ਚੱਲਦਾ ਸੀ ਤੇ ਦੈਟਸ ਇਟ ਲੇਕਿਨ ਫਿਰ ਮੈਂ ਵਿੱਚ ਪੂਰਾ ਇੱਕ ਸਾਲ ਦੁਬਾਰਾ एक्सरसाइज ਛੱਡ ਦਿੱਤੀ 2020 ਦੇ ਵਿੱਚ ਸੋਰੀ ਕੀ 20 ਕੀ ਜਿਹੜਾ ਨਾ ਮੈਂ एक्सरसाइज ਨਹੀਂ ਕੀਤੀ ਮੇਰਾ ਵਜ਼ਨ ਹੋ ਗਿਆ ਸਰਕਾਰੋ ਤੁਸੀਂ ਯਕੀਨ ਨਹੀਂ ਕਰਨਾ ਮੇਰਾ ਵਜ਼ਨ ਹੋ ਗਿਆ 100 ਤੇ 15 ਕਿਲੋ 115 ਕਿਜੀ ਮੇਰਾ ਵਜ਼ਨ ਹੋ ਗਿਆ ਵਜ਼ਨ ਨਜ਼ਰ ਨਹੀਂ ਸੀ ਆਂਦਾ ਲੱਗਦਾ ਸੀ ਜਦੋਂ ਕੰਡੇ ਤੇ ਖੜਾ ਹੁੰਦਾ ਸੀ ਨਾ ਮਹਿਸੂਸ ਹੁੰਦਾ ਸੀ ਕਿ ਵਜ਼ਨ ਵਾਕਿਆ ਹੀ ਹੈ ਜੋ ਕੰਡੇ ਨੇ ਦਿਖਾਇਆ ਨਾ 115 ਕਿਲੋ ਫਿਰ ਦੁਬਾਰਾ ਐਕਸਰਸਾਈਜ਼ ਸ਼ੁਰੂ ਕੀਤੀ ਜਦੋਂ ਪੁਸ਼-ਅੱਪਸ ਲਾਣੇ ਸ਼ੁਰੂ ਕੀਤੇ ਚਾਰ ਪੰਜ ਪੁਸ਼-ਅੱਪ ਲੱਗਦੇ ਸੀ ਦੌੜ ਦਾ ਹਿਸਾਬ ਹੋ ਜਾਂਦਾ ਸੀ ਮੈਂ ਇੱਕ ਪਤਾ ਹੀ ਸਾਹ ਚੜਦਾ ਪੇਟ ਹੋਰ ਬਾਹਰ ਨਿਕਲਦਾ ਐਸੇ ਜੀਵ ਦੀ ਸੂਰਤ ਹਾਲ ਸੀ ਲੇਕਿਨ ਮੈਂ ਜਾਰੀ ਰੱਖੀ ਐਕਸਰਸਾਈਜ਼ ਕਰਦੇ 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 ਐ ਤਕਰੀਬਨ ਨਾ ਹੁਣ ਮੈਨੂੰ ਕੰਟੀਨਿਊਸਲੀ ਸਾਲ ਹੋ ਗਿਆ ਹੁਣ ਸਾਲ ਦੇ ਵਿੱਚ ਮਾਸ਼ਾਅੱਲਾ ਵਜ਼ਨ ਅਜੇ ਵੀ ਪਤਾ ਨਹੀਂ ਤੁਹਾਨੂੰ ਕਿੰਨਾ ਕਿ ਨਜ਼ਰ ਆਂਦਾ ਹੋਣਾ ਲੇਕਿਨ ਮੇਰਾ ਅਜੇ ਵੀ ਵਜ਼ਨ ਜਿਹੜਾ 97 ਕਿਜੀ ਆ ਉਹਦੀ ਬਜਾਏ ਕਿ ਉਹ ਨਾਲ ਮਸਲ ਬਿਲਡ ਹੁੰਦਾ ਰਿਹਾ ਮੈਂ ਜਿਹੜੀ ਵੀ ਐਕਸਰਸਾਈਜ਼ ਕਰਦਾ ਨਾ ਉਹਦੇ ਨਾਲ ਥੋੜੀ ਜਿਹੀ ਮਸਲ ਬਿਲਡ ਵਾਲੀ ਐਕਸਰਸਾਈਜ਼ ਕਰਦਾ ਉਹਦੇ ਨਾਲ ਨਾ ਇੱਕ ਤੁਹਾਡੀ ਸ਼ੇਪ ਅੱਛੀ ਰਹਿੰਦੀ ਹੈ ਕੋਈ ਵੀ ਤੁਸੀਂ ਜਰਾ ਨਾ ਜ਼ੋਰ ਚ ਰਹਿੰਦੇ ਤੁਹਾਨੂੰ ਇਹ ਨਹੀਂ ਹੁੰਦਾ ਕਿ ਵੀਕਨੈਸ ਹੋ ਗਈ ਆ ਤੇ ਐਕਸਰਸਾਈਜ਼ ਮੈਂ بڑے ਮਸਲ ਵਕਫੇ ਵਕਫੇ ਦੇ ਕੇ ਐਕਸਰਸਾਈਜ਼ ਕਰਦਾ ਗੱਲ ਤੁਹਾਨੂੰ ਸੁਣਾਉਣ ਦਾ ਮਕਸਦ ਇਹ ਸੀ ਕਿ ਇਹ ਜੜੀਆਂ ਵੀ ਮੈਂ ਵੀਡੀਓ ਬਣਾਉਣਾ ਨਾ ਐਕਸਰਸਾਈਜ਼ ਦੀਆਂ ਇਹਨਾਂ ਦਾ ਮੈਨੂੰ ਕੋਈ ਨਹੀਂ ਫਾਇਦਾ ਹੈ ਇਹ ਕਿੰਦੇ ਬੰਦੇ ਨੇ ਦੇਖਣੀ ਆ ਐਂ ਦੀ ਬਾਕੀ ਚੈਨਲ ਜਿਹੜੇ ਸੋਸ਼ਲ ਐਪਲੀਕੇਸ਼ਨਾਂ ਉੱਥੇ ਸਾਰੇ ਮੈਂ ਪਾਣੀ ਹੁੰਦੀ ਤੇ ਜਿਹਨੇ ਵੀ ਦੇਖਣੀ ਨਾ ਮੇਰਾ ਮਕਸਦ ਹੀ ਏ ਸੀ ਕਿ ਯਾਰ ਸ਼ਾਇਦ ਕੋਈ ਮੇਰੇ ਦੇਖਾ ਦੇਖੀ ਕੋਈ ਬੰਦਾ ਉੱਠ ਕੇ ਖੜਾ ਹੋ ਜੇ ਮੇਰੀ ਜ਼ਿੰਦਗੀ ਆਸਾਨ ਹੋ ਗਈ ਮੇਰਾ ਹਾਲਾ ਕਿ ਐਨਾ ਵਜ਼ਨ ਨਹੀਂ ਸੀ 115 ਕਿਲੋ ਵਜ਼ਨ ਸੀ ਲੇਕਿਨ ਮੈਨੂੰ ਮਹਿਸੂਸ ਹੁੰਦਾ ਸੀ ਕਿ ਯਾਰ ਉਹ ਲੋਕ ਜਿਹੜੇ 1.5 150 ਕਿਲੋ ਲੈ ਕੇ ਬੈਠੇ ਆ ਉਹ ਲੋਕ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਸਰਵਾਈਵ ਕਰਦੇ ਆ ਇਹ ਤੇ ਗੱਲ ਹੋ ਹੀ ਨਹੀਂ ਸਕਦੀ ਕਿ ਬੰਦਾ ਕਹਵੇ ਜੀ ਮੈਨੂੰ ਕੋਈ ਨਹੀਂ ਮਸਲਾ ਹੈ ਮਸਲਾ ਜ਼ਰੂਰ ਬਣਦਾ ਜੇ ਸਿਸਟਮ ਤੁਹਾਡਾ ਵਜਨ ਵਧਦਾ ਤੁਹਾਡੀ ਜਿਹੜੀ ਅਬਿਲਿਟੀ ਆ ਕੱਟ ਜਾਂਦੀ ਤੁਹਾਡਾ ਦਿਮਾਗ ਹੀ ਤੋੜ ਤੇ ਤੁਸੀਂ ਸਟਰੋਂਗ ਨਹੀਂ ਰਹਿੰਦੇ ਲਿਆਜ਼ਾ ਦੋਸਤੋ ਆਸਾਰੀ ਤਮੀਜ਼ ਬਣਨ ਦਾ ਇੱਕੋ ਹੀ ਗੱਲ ਆ ਬਰਾਈ ਮਿਹਰਬਾਨੀ ਆਪਣੇ ਮਸਰੂਫ ਜ਼ਿੰਦਗੀ ਦੇ ਟਾਈਮ ਦੇ ਵਿੱਚੋਂ ਇੱਕ ਘੰਟਾ ਜ਼ਰੂਰ ਕੱਢਿਆ ਕਰੋ ਇਹ 7 ਦਿਨ ਹੁੰਦੇ 5 ਦਿਨ ਨਾ ਇੱਕ ਘੰਟਾ ਆਪਣੀ ਸਿਰਫ ਆਪਣੀ ਬਾਡੀ ਨੂੰ ਆਪਣੀ ਫਿਜ਼ਿਕਸ ਨੂੰ ਦਿਓ ਤੇ ਮੈਂ ਇਹ ਨਹੀਂ ਕਹਿੰਦਾ ਜਿਮ ਜਾਓ ਠੀਕ ਤੁਸੀਂ ਗਰਾਊਂਡ ਜਾਓ ਮੈਂ ਗਰਾਊਂਡ 'ਚ ਹੀ ਜਾਂਦਾ ਸ਼ੁਕਰ ਅੱਲਾ ਪਾਗਦਾ ਜਿਮ ਜਾਣਾ ਹੋਵੇ ਬੰਦਾ ਜਿਮ ਵੀ ਚਲੇ ਜਾਂਦਾ ਇਹ ਨਹੀਂ ਕੋਈ ਮਸਲਾ ਲੇਕਿਨ ਮੈਂ ਜ਼ਰਾ ਨਾ ਜਿਮ ਵਾਲੀ ਜਿਹੜੀ ਉਹ ਸਿਸਟਮ ਆ ਉਹਦੇ ਮੈਂ ਹੱਕ 'ਚ ਨਹੀਂ ਹਾਂ ਹਰ ਬੰਦੇ ਦਾ ਆਪਣਾ ਪੁਆਇੰਟ ਆ ਵੀ ਹੁੰਦਾ ਮੈਂ ਇਸ ਤਰ੍ਹਾਂ ਦੀ ਐਕਸਰਸਾਈਜ਼ ਕਰਕੇ ਜਿਹੜਾ ਨਾ 올ਡ ਜਿਹੜੀਆਂ ਤੁਸੀਂ ਕਹੋ 올ਡ ਸਕੂਲ ਉਹਨਾਂ 'ਚ ਮੈਨੂੰ ਜ਼ਿਆਦਾ ਸਕੂਨ ਮਿਲਦਾ ਤੇ ਬਰਾਏ ਮਿਹਰਬਾਨੀ ਆਪਣੀ ਸਿਹਤ ਦਾ ਧਿਆਨ ਰੱਖਿਆ ਕਰੋ ਅੱਲਾਹ ਭਾਗ ਤੁਹਾਨੂੰ ਸਭ ਨੂੰ ਖੁਸ਼ ਰੱਖੇ ਕੋਈ ਗਲਤੀ ਕੋਈ ਉਤਾਈ ਹੋਈ ਹੋਵੇ ਮਾਫਰ ਅੱਲਾਹ ਹਾਫਿਜ਼